ਕੁੱਟ ਪੈਣ ਦਾ ਪੂਰਾ ਪੂਰਾ ਪ੍ਰੋਗਰਾਮ ਬਣ ਗਿਆ ਜੀ ਹੁਣ ਹੋਊਗੀ ਇੱਥੇ। ਹਾਂਜੀ ਦੋਸਤੋ ਕੀ ਹਾਲ ਚਾਲ ਆ ਮੇਰੇ ਭਰਾਵਾਂ ਦਾ ਤੇ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਾਂ ਫੁੱਲ ਵਟਾ ਫੁੱਲ ਕੇ ਆਏ ਆ ਤੇ ਥੰਬਨੇਲ ਤੋਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਅੱਜ ਦਾ ਜਿਹੜਾ ਵਲੌਗ ਆ ਉਹ ਕਿਸ ਚੀਜ਼ ਤੇ ਆਉਣ ਵਾਲਾ ਤੇ ਤੁਹਾਨੂੰ ਸਭ ਨੂੰ ਆਪਾਂ ਪਹਿਲੀ ਵੀਡੀਓ ਜਿਹੜੀ ਜੈਜ਼ ਭਰਾ ਸ਼ਤੀਤੀ ਵਾਲੀ ਦੀ ਆਪਾਂ ਵੀਡੀਓ ਕੀਤੀ ਸੀ ਤੇ ਉਹ ਚ ਆਪਾਂ ਤੁਹਾਨੂੰ ਦੱਸਿਆ ਸੀ ਕਿ ਜਲਦੀ ਜਿਹੜਾ ਸਿਸਟਮ ਆ ਉਹ ਚੇਂਜ ਹੋਣ ਵਾਲਾ ਸੋ ਉਹਦੇ ਰਿਲੇਟਿਡ ਹੀ ਜਿਹੜੀ ਮਤਲਬ ਅੱਜ ਇਹ ਵੀਡੀਓ ਹੋਣ ਵਾਲੀ ਤੁਹਾਨੂੰ ਸਭ ਨੂੰ ਪਤਾ ਆ ਕਿ ਸਮਾਨ ਜੈਜ਼ ਭਰਾ ਨੇ ਸਾਰਾ ਲਾਤਾ ਲਾ ਕੇ ਰੱਖਿਆ ਹੋਇਆ ਤੇ ਬਾਕੀ ਅੱਜ ਆਪਾਂ ਕੁਛ ਨਵਾਂ ਸੱਪ ਤੁਹਾਨੂੰ ਦਿਖਾਵਾਂਗੇ ਜਿਹੜਾ ਉਹਦੇ ਤੇ ਲੱਗਣ ਵਾਲਾ ਆ ਅੱਜ ਪੂਰੀ ਗੱਲਬਾਤ ਆਪਾਂ ਕਰਨ ਜਾਣਾ ਆ ਤੇ ਜਿਹੜੇ ਭਰਾ ਕੋਲੋਂ ਸਿਸਟਮ ਲੱਗਣਾ ਉਹਦੇ ਨਾਲ ਵੀ ਅੱਜ ਤੁਹਾਨੂੰ ਆਪਾਂ ਮਿਲਾਵਾਂਗੇ ਕਿ ਕਿਹਦੇ ਕੋਲੋਂ ਸਿਸਟਮ ਲੱਗਣਾ ਆ ਤੇ ਕਿੰਨਾ ਕੁ ਜਿਹੜਾ ਹੁਣ ਨਵੀਂ ਚੀਜ਼ ਮਤਲਬ ਖਰੀ ਤਿਆਰ ਹੋਣ ਵਾਲੀ ਆ ਪੂਰੀ ਦਿਖਾਵਾਂਗੇ ਗੱਲਬਾਤ ਤੇ ਵਲੌਗ ਐਂਡ ਤੱਕ ਜ਼ਰੂਰ ਦੇਖਿਓ ਤੇ ਆਪਾਂ ਹੁਣ ਨਿਕਲ ਗਏ ਹਾਂ ਘਰੋਂ ਤੇ ਬਾਕੀ ਹੁਣ ਜੈਜ਼ ਭਰਾ ਨੂੰ ਪਹਿਲਾਂ ਮਿਲਦੇ ਹਾਂ ਤੇ ਉਹਨੂੰ ਚੱਕਾਂਗੇ ਤੇ ਉਹਨੂੰ ਚੱਕ ਕੇ ਫਿਰ ਆਪਾਂ ਅੱਗੇ ਭਰਾ ਕੋਲ ਚੱਲਾਂਗੇ ਜਿਹਨੇ ਟਰੈਕਟਰ ਤਿਆਰ ਕਰਨਾ ਆ ਤੇ ਜਲਦੀ ਕੁਛ ਮਤਲਬ ਘੈਂਟ ਆਉਣ ਵਾਲਾ ਬਹੁਤ ਘੈਂਟ ਆਉਣ ਵਾਲਾ ਤੇ ਜਿਹੜੇ ਭਰਾ ਨੇ ਟਰੈਕਟਰ ਤਿਆਰ ਕਰਨਾ ਉਹਦਾ ਸ਼ੁਰੂ ਤੋਂ ਇਦਾਂ ਰਿਹਾ ਕਿ ਕੰਮ ਇੰਨਾ ਕੁ ਸੋਹਣਾ ਹੁੰਦਾ ਨਾ ਡਿਜ਼ਾਈਨਿੰਗ ਦਾ ਕੰਮ ਉਹ ਬੰਦੇ ਦਾ ਸਿਰੇਸਾਰ ਕੰਮ ਹੁੰਦਾ ਤੇ ਜਲਦੀ ਤੁਹਾਨੂੰ ਦਿਖਾਉਂਦੇ ਆ ਵੀ ਕਿਹੜੇ ਭਰਾ ਨੇ ਟਰੈਕਟਰ ਤਿਆਰ ਕਰਨਾ ਆ ਤੇ ਵਲੌਗ ਘੈਂਟ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਭਰਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਬਾਕੀ ਮਿਹਨਤ ਆਪਾਂ ਤੁਹਾਡੇ ਲਈ ਕਰਦੇ ਆ ਖੁਦ ਲਈ ਵੀ ਕਰਦੇ ਆ ਚਲੋ ਇਹ ਨਹੀਂ ਕਿ ਆਪਾਂ ਆਪਦੇ ਲਈ ਵੀ ਕਰਦੇ ਆ ਤੇ ਤੁਹਾਡੇ ਲਈ ਵੀ ਕਰਦੇ ਆ ਸੋ ਸਪੋਰਟ ਕਰਿਆ ਕਰੋ ਚੈਨਲ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਸਬਸਕ੍ਰਾਈਬ ਕਰਿਆ ਕਰੋ ਅਗਰ ਨਹੀਂ ਕੀਤਾ ਤੇ ਬਾਕੀ ਹੁਣ ਜੈਜ਼ ਭਰਾ ਕੋ ਚੱਲਦੇ ਆ ਬਾਕੀ ਮੈਂ ਬਾਲਾ ਜਾਂਦੇ ਦਾ ਵਲੌਗ ਨਹੀਂ ਦਿਖਾਉਣਾ ਬੋਰ ਜਿਹਾ ਹੋ ਜਾਣਾ ਤੁਸੀਂ ਇਸ ਕਰਕੇ ਤੇ ਟਰੈਕਟਰ ਦਾ ਉਹਦਾ ਸਿਰਾ ਹੋ ਜਾਣਾ ਕੰਮ ਹੁਣ ਐਂਡ ਹੋ ਜਾਣੀ ਗੱਲਬਾਤ ਐਂਡ ਚਲੋ ਬਾਕੀ ਦਿਖਾਉਂਦੇ ਆ ਤੁਹਾਨੂੰ ਮਿਲਦੇ ਆ ਹੁਣ ਜੈਜ਼ ਭਰਾ ਨੂੰ ਲੋ ਵੀ ਦੋਸਤੋ ਆਪਾਂ ਬੈਰਾਮ ਵਾਲਾ ਟੂਲ ਗੇਟ ਲੰਘ ਗਿਆ ਸੀ ਉਹ ਮਗਰ ਦੀ ਦੇਖ ਸਕਦੇ ਆ ਤੇ ਹੁਣ ਆਪਾਂ ਮੇਨ ਰੋਡ ਤੋਂ ਮੁੜ ਜਾਣਾ ਪਿੰਡ ਕਲੇਰਾਂ ਨੂੰ ਜੈਜ਼ ਭਰਾ ਕੋਲ ਤੇ ਉਹਨਾਂ ਫੋਨ ਕਰਤਾ ਹੈਗਾ ਮੈਂ ਕਿਹਾ ਤੂੰ ਰੈਡੀ ਜਿਹਾ ਹੋ ਜਾ ਮੜਾ ਜਿਹਾ ਫਿਰ ਆਪਾਂ ਚੱਲੀਏ ਤੇ ਬਾਕੀ ਇੱਕ ਵਲੌਗ ਇਤੋਂ ਅੱਗੇ ਆ ਰਿਹਾ ਤਵੀਆਂ ਮੁਕਾਬਲੇ ਤਾਂ ਉਹ ਵੀ ਜੈਜ਼ ਭਰਾ ਦੇ ਪਿੰਡ ਦੇ ਨਾਲ ਹੀ ਆ ਤੇ ਉਹ ਵੀ ਆਪਾਂ ਸ਼ੂਟ ਕਰ ਲੈਣਾ ਆ ਤੇ ਫਿਰ ਆ ਵਲੌਗ ਤੋਂ ਨੈਕਸਟ ਜੋ ਆ ਉਹ ਤਵੀਆਂ ਮੁਕਾਬਲੇ ਦਾ ਵਲੌਗ ਆਊਗਾ ਬਹੁਤ ਘੈਂਟ ਹੋਣ ਵਾਲਾ ਤੇ ਉਹ ਵੀ ਜ਼ਰੂਰ ਦੇਖਿਓ ਤੇ ਇਹ ਵੀ ਪੂਰਾ ਵਲੌਗ ਦੇਖਿਓ ਨਾਲ ਹੋਰ ਵੀ ਗੱਲਾਂ ਬਾਤਾਂ ਬਹੁਤ ਕਰਨ ਵਾਲੀਆਂ ਮਤਲਬ ਟਰੈਕਟਰ ਬਾਰੇ ਬਹੁਤ ਕੁਝ ਦੱਸਾਂਗੇ ਵੀ ਕੀ ਨਵੀਂ ਆਈਟਮ ਆ ਰਹੀ ਆ ਤੇ ਬਾਕੀ ਦਿਖਾਉਂਦੇ ਆ ਤੁਹਾਨੂੰ ਅੱਗੇ ਅੱਗੇ ਇੱਥੋਂ ਆਪਾਂ ਹੁਣ ਮੇਨ ਰੋਡ ਤੋਂ ਮੁੜ ਜਾਣਾ ਪਿੰਡ ਕਲੇਰਾਂ ਨੂੰ ਲਓ ਜੀ ਆਪਾਂ ਆ ਗਏ ਹਾਂ ਜੀ ਪਿੰਡ ਕਲੇਰਾਂ ਤੇ ਜੈਜ਼ ਭਰਾ ਨੂੰ ਆਪਾਂ ਫੋਨ ਕਰਤਾ ਉਹ ਕਹਿੰਦਾ ਆ ਜਾ ਮੈਂ ਬਾਹਰ ਹੀ ਖੜਾ ਹਾਂ ਤੇ ਫਿਰ ਮਿਲਦੇ ਹਾਂ ਉਹਨੂੰ ਤੇ ਬਾਕੀ ਭਰਾ ਨਾਲ ਵੀ ਮਿਲਾਵਾਂਗੇ ਜਿਹਨੇ ਟਰੈਕਟਰ ਤਿਆਰ ਕਰਨਾ ਪਹਿਲਾਂ ਆਪਾਂ ਉਹਦਾ ਨਾਂ ਤਾਂ ਨਹੀਂ ਲੈਣਾ ਫੇ ਇਦਾਂ ਸਰਪ੍ਰਾਈਜ਼ ਜਿਹਾ ਖਰਾਬ ਹੋ ਜਾਊਗਾ ਉੱਥੇ ਜਾ ਕੇ ਦਿਖਾਉਂਦੇ ਆ ਨਾਲੇ ਮਿਲਾਉਂਦੇ ਭਰਾ ਨਾਲ ਤੁਹਾਨੂੰ ਦਿਖਾਵਾਂ ਦੱਸਾਂਗੇ ਨਾਲੇ ਵੀ ਮਤਲਬ ਘੈਂਟ ਚੀਜ਼ ਤਿਆਰ ਹੋਣ ਵਾਲੀ ਆ ਤੇ ਪੂਰੇ ਸਿਰੇ ਸਾਰ ਗੱਲਬਾਤ ਬਣੂਗੀ ਪੂਰੀ ਟੌਪ ਦੀ ਉਹ ਨੰਗਿਆ ਮੈਂ ਗਾਂ ਲਾਈ ਚੱਲਿਆ ਸੀ ਮੈਂ ਜੋ ਇਹਦੇ ਕੌਣ ਆ ਗਿਆ ਵੱਡੇ ਲੋਕ ਆ ਗਏ ਮੈਂ ਸਟਾਰ ਲੋਕ ਆ ਗਿਆ ਯੋ ਸਬਸਕ੍ਰਾਈਬ ਕਰ ਲਿਓ ਚੈਨਲ ਕਿਹਨੂੰ ਜਾਣਾ ਭਾਈ ਆਪਾਂ ਜਾਣਾ ਉਹ ਸਿੱਧਾ ਇੱਥੇ ਮੋਟਰ ਕਰਕੇ ਚਲੋ ਅਸੀਂ ਹੁਣ ਗੱਲਾਂ ਬਾਤਾਂ ਮਾਰਦੇ ਹਾਂ ਤੇ ਫੇਰ ਦਿਖਾਉਂਦੇ ਤੁਹਾਨੂੰ ਅੱਗੇ ਦਾ ਵਲੌਗ ਤੇ ਨਾ ਪਾਣੀ ਦੇਣਾ ਜਿਹੜੇ ਭਰਾ ਤੋਂ ਟਰੈਕਟਰ ਤਿਆਰ ਕਰਾਉਣਾ ਉਹ ਜਾ ਕੇ ਮਿਲਾਵਾਂਗੇ ਜਾ ਕੇ ਮਿਲਦੇ ਆ ਹੁਣ ਉਹਨਾਂ ਨੂੰ ਕਿ ਤਾਂ ਸਰਪ੍ਰਾਈਜ਼ ਵੀ ਪੇ ਚੀਜ਼ ਹੁੰਦੀ ਆ ਓਹੀ ਚਲੋ ਕਰਦੇ ਇੱਥੇ ਬੰਦ ਤੇ ਬਾਕੀ ਅੱਗੇ ਅੱਗੇ ਦੇਖੀ ਜਾਇਓ ਚੈੱਕ ਕਰੋ ਇਧਰ ਮੋਰ ਵਾਲਾ ਪੈਰ ਫਰਸ਼ਾਂ ਦੇ ਕਿੱਦਾਂ ਚੜਾ ਰਹੀਆਂ ਮੋਨੋਆ ਉਧਰ ਫਰੇਮ ਚੈੱਕ ਕਰੋ ਮੜਾ ਜਰਾ ਉਧਰ ਕਾਂਦਰਾ ਲਾਤਾ ਸਿੱਧਾ ਹੁਣ ਟਕਾ ਕੇ ਆ ਮੋਨੋਆ ਚੈੱਕ ਕਰੋ ਤੇ ਕਿੱਦਾਂ ਥੱਲੇ ਫਰਸ਼ ਪੈਰਾਂ ਦੇ ਖਲਾ ਰਹੀਆਂ ਉਹ ਵੀ ਪਈਆਂ ਉਧਰ ਵੀ ਪਈਆਂ ਬਹੁਤ ਸਮਾਨ ਆ ਭਰਾਵਾ ਬਹੁਤ ਸਮਾਨ ਬਸ ਬਸ ਬਾਕੀ ਹੁਣ ਆਪਾਂ ਚੱਲੇ ਆ ਭਾਈ ਦੇ ਕੋਲ ਤੇ ਟਰੈਕਟਰ ਚੈੱਕ ਕਰੋ ਇਧਰ ਖੜਾ ਸਮਾਨ ਤਾਂ ਤੁਸੀਂ ਭਾਈ ਦੀ ਵੀਡੀਓ ਦੇਖ ਹੀ ਲਈ ਲਾਉਂਦੇ ਆ ਲਾਤਾ ਸਾਰਾ ਇਹਦਾ ਲਟਰ ਬਟਰ ਚਲੋ ਬੈਟਰੀਆਂ ਬੂਟਰੀਆਂ ਤਾਰਾਂ ਲਾ ਕੇ ਖੜੀਆਂ ਕਰਤੀਆਂ ਕਿਹੜਾ ਚਲਾਉਣਾ ਹਨਾ ਜੰਗ ਪਲੰਗਾ ਲਓ ਜੀ ਆਪਾਂ ਆ ਗਏ ਗੜ੍ਹ ਸ਼ੰਕਰ ਵਾਲੀ ਸਾਈਡ ਤੇ ਕਮੈਂਟ ਕਰਕੇ ਦੱਸ ਦਿਓ ਵੀ ਗੜ੍ਹ ਸ਼ੰਕਰ ਵੱਲ ਆਪਣਾ ਕਿਹੜਾ ਭਰਾ ਕੰਮ ਕਰਦਾ ਤੇ ਆਪਾਂ ਕਿਹਦੇ ਕੋਲ ਹੁਣ ਚੱਲੇ ਆ ਵੀਡੀਓ ਗਾਂ ਨਹੀਂ ਲਗਾਉਣੀ ਉਦੋਂ ਪਹਿਲਾਂ ਦੱਸਣਾ ਆ ਮੇਰੀ ਗੱਲ ਸੁਣ ਮੇਰੇ ਵਾਲੇ ਰੰਗ ਤੇ ਮਾੜੇ ਉਹ ਕਰਦੇ ਆ
खराब करके हौली हौली बाकी आया हूं जाके मलाने तुम भरा दे गल बात करा गे ट्रैक्टर कदों छड के जाने कदों पूरा होगा पूरा फिर तुम वीडियो दसा गे अपा पूरी गल बात करते हैं ऐतकी जेडे डी फोर लाइए हरेक बंदा भी लवा सके एदा दी चीज कुछ मगर शक्तिमान लाउणा उड़दा उड़दे वाला गढ़ शंकर वाली गल मैनू जरूर दस्यो कमेंट करके भी आपां की तो आए आ वीडियो गां नगा के नहीं देखना है वीडियो गां नगा के फिर तुम पिछे नूं करके तो कमेंट कर लो उत्थे आणगे इदां ही दसना है चल मैं उदा वीडियो चलदी रख दिंदा बस आपां भरा दे कोल पहुंच ही गए आ ते तुहानूं दिखा दिंदे जाके अड्डे ते रश ते रश ते बहुत अड्डे ये बंदा बहुत ओरे थां तों बोलदा गल बहुत ओरी कढदा ए चढ़ देना चल भाई तेरी गल विच रहेगी बहुत सप कढ़दा भी साडा भी साडे वाला भी साडे वाला करन ब्लॉग तुहानू पता ही है अपना करन बस पहुंच गए ए तुसीं नोट कर लियो इत्थों हुण वी आपां किहदे कोल आए आं ट्रैक्टरां तों पता लग जाणा भरा दे गाह पिया रहिंदा ट्रैक्टरां दा काम ही इन्ना टॉप दा गाह तां पैणा ही आ करो हां गल ट्रैक्टर ही ट्रैक्टर मुंडा कहिंदे ट्रैक्टरां दा गाह पाई रखदा गाह पता लग गया कि नहीं लगे हले भी दिखाइए मैं क्या पता लगा हले भी कितने पहुंचे कि नहीं लगा हले भी दस गए हूँ सिरा कराऊगा भाई जैज भाई आले की गल भरा बाकी ट्रैक्टर तो पता पहला ही दिखाते रहने ब्लॉग तो पूरा कर लिए ब्लॉगर बंदे ब्लॉग लो जी आप इतने गलबात भरा ना कर ली गल ना गड्डी माड़ी स्टार्ट कर दिए अर्जन भी बहुत टॉप दा भी इधर मल लै फिर नवा सिस्टम लग रहा कहिंदे मेरे वीरे ते आपां गल भराना कर ली गल बात ते हुण दस्सदा भी मतलब प्रेशर बनया पूरा ओ भरावा लहर इनी पाउंदा ना ये बंदा ओ गल भरा दी बैचिंग गल कर ऑडियो बाकी आप भरा दसता भी जो ट्रैक्टर तैयार हो गया उत्ते बैचिंग इन टॉप टॉप दी चाहिए है ना सिरे सिरे वाली है ना पूरा कह लैटा लुटा वाली एन ठोक बजा के हूं आप चलते हाँ बाकी इदू अगला ब्लॉग जो होना तविया का प्यार बख्शो सत्कार दो चंगी तरह चैनल सबसक्राइब जरूर करो घंटा जहा कर दो दब दो उस बाद चलो ठीक है जी इधर मेरे बंदे भी बाबू गल सुन लो एक चैनल सबसक्राइब कर दिया करो भरा बेनती है धक्का कोई नहीं है जी प्यार तुसी देना है प्यार सत्कार दिया करो मजाक कर दिया
ਸਤਰਾਂ ਦਾ ਲਿਆ 65 ਦਿੱਤੇ ਉਹਨੂੰ ਮੈਂ ਪੰਜਾਂ ਦੀਆਂ ਟੋਫੀਆਂ ਖਾਣੇ ਤੇ ਚੈਨਲ ਨੂੰ ਹੁਣ ਦਿਓ ਪਿਆਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਅਗਰ ਨਹੀਂ ਕੀਤਾ ਅੱਗੇ ਵੀ ਆਪਾਂ ਲਹਿਰ ਲੂਰ ਵਾਲੇ ਵੀ ਵਲੌਗ ਹੁਣ ਮਤਲਬ ਆਪਾਂ ਸਟਾਰਟ ਕਰਦੇ ਆ ਨਾਲ ਦੀ ਨਾਲ ਇੱਦਾਂ ਇਕੱਲੀ ਮੋਟੀਵੇਸ਼ਨ ਨਹੀਂ ਹੁਣ ਆਪਾਂ ਦਿਖਾਇਆ ਕਰਨੀ ਤੇ ਨਾਲ ਇੱਦਾਂ ਦੇ ਵਲੌਗ ਵੀ ਆਪਾਂ ਲਹਿਰ ਲੂਰ ਵਾਲੇ ਵੀ ਪਾਇਆ ਕਰਾਂਗੇ ਹੁਣ ਆਪਾਂ ਚੱਲਦੇ ਤਵੀਆਂ ਮੁਕਾਬਲੇ ਤੇ ਹਨਾ ਕਿਹੜੇ ਪਿੰਡ ਜਾਣਾ ਭਲਾ ਆਪਾਂ ਜਾਣਾ ਬਾਦੀ ਬਾਦੀ ਪਿੰਡ ਤੇ ਬਾਕੀ ਓਕੇ ਜੀ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਬਾਏ ਬਾਏ।